ਅਸਲਾਮ ਅਲੈਕੁਮ ਵਿਵਾਰ ਜਮੀਤ ਖਾਨੀ, ਤੁਸੀਂ ਸਾਰੀ ਖੈਰ ਖੈਰੀਅਤ ਨਾ ਹੋਵੋਗੇ। ਮੂਵੀ ਲਾ ਦਾ ਸ਼ੁਕਰ ਬਿਲਕੁਲ ਠੀਕ ਹੈ। ਕੱਲ੍ਹ ਦਾ ਮੈਂ ਬੋਨਲੈਸ ਚਿਕਨ ਨੂੰ ਤਿੱਕਾ ਮਸਾਲਾ ਅਤੇ ਲੈਮਨ ਲਗਾ ਕੇ ਰੱਖਿਆ ਸੀ ਕਿ ਇਹਨੂੰ ਫਰਾਈ ਕਰਕੇ ਰੱਖਾਂਗੀ, ਮਗਰ ਮੇਰਾ ਟਾਈਮ ਨਹੀਂ ਲੱਗਾ। ਹੁਣ ਮੇਰਾ ਟਾਈਮ ਲੱਗਾ ਆ ਅਤੇ ਦੇਖਿਆ ਕਿ ਉਹਦੇ ਵਿੱਚ ਤਾਂ ਬਰਫ਼ ਜੰਮੀ ਹੋਈ ਹੈ, ਪਰ ਇਹ ਇਸ ਤਰ੍ਹਾਂ ਫਰਾਈ ਨਹੀਂ ਹੋਣਾ। ਇਸ ਤੋਂ ਫਿਰ ਮੈਂ ਓਵਨ ਦੇ ਵਿੱਚ ਰੱਖ ਕੇ ਥੋੜ੍ਹੀ ਦੇਰ ਡੀਫਰੋਸ ਕੀਤਾ ਤਾਂ ਕਿ ਇਹਦੀਆਂ ਬੋਟੀਆਂ ਅਲੱਗ ਅਲੱਗ ਹੋ ਜਾਣ। ਅਲੱਗ ਹੋਣ ਤੋਂ ਬਾਅਦ ਆਸਾਨੀ ਦੇ ਨਾਲ ਇਹ ਫਰਾਈ ਹੋ ਜਾਏ। ਥੋੜ੍ਹੀ ਦੇਰ ਦੇ ਵਿੱਚ ਡੀਫਰੋਸ ਹੋਣ ਤੋਂ ਬਾਅਦ ਇਹਨਾਂ ਦੀਆਂ ਬੋਟੀਆਂ ਜਦੋਂ ਅਲੱਗ ਅਲੱਗ ਹੋ ਗਈਆਂ ਤਾਂ ਫਿਰ ਮੈਂ ਇੱਕ ਪੈਨ ਲਿਆ। ਪੈਨ ਦੇ ਵਿੱਚ ਮੈਂ ਪਾਇਆ ਓਇਲ। ਓਇਲ ਪਾ ਕੇ ਅਤੇ ਵਿੱਚ ਮੈਂ ਫਿਰ ਚਿਕਨ ਪੀਸ ਪਾਉਣੇ ਸ਼ੁਰੂ ਕਰ ਦਿੱਤੇ। ਚਿਕਨ ਪੀਸ ਪਾ ਕੇ ਅਤੇ ਮੈਂ ਫਰਾਈ ਕਰਨਾ ਸ਼ੁਰੂ ਕਰ ਦਿੱਤਾ। ਅਗਰ ਤੁਹਾਡਾ ਵੀ ਚਸਕੇ ਲਾਉਣ ਨੂੰ ਦਿਲ ਕਰੇ, ਤੁਹਾਡਾ ਵੀ ਰੰਗ ਬਿਰੰਗਾ ਖਾਣ ਨੂੰ ਦਿਲ ਕਰੇ ਤਾਂ ਤੁਸੀਂ ਵੀ ਬੋਨਲੈਸ ਚਿਕਨ ਲਵੋ, ਉਹਨੂੰ ਤਿੱਕਾ ਮਸਾਲਾ ਨਿੰਬਲ ਲਗਾ ਕੇ ਥੋੜ੍ਹੀ ਦੇਰ ਰੱਖੋ। ਉਸ ਤੋਂ ਬਾਅਦ ਉਹਨੂੰ ਫਰਾਈ ਕਰਕੇ ਅਤੇ ਆਪਣੇ ਫ੍ਰੀਜ਼ਰ ਦੇ ਵਿੱਚ ਰੱਖ ਲਵੋ। ਅਤੇ ਜਦੋਂ ਤੁਹਾਡਾ ਚਸਕਾ ਲਾਉਣ ਨੂੰ ਦਿਲ ਕਰੇ ਤਾਂ ਤੁਸੀਂ ਇਹਨੂੰ ਫ੍ਰਿਜ ਦੇ ਵਿੱਚੋਂ ਕੱਢੋ ਥੋੜ੍ਹਾ ਜਿਹਾ, ਅਤੇ ਭਾਵੇਂ ਚਿਕਨ ਵਾਲਾ ਤੁਸੀਂ ਬਣਾ ਲਵੋ ਪਰਾਠਾ, ਅਤੇ ਭਾਵੇਂ ਚਿਕਨ ਵਾਲਾ ਬਣਾ ਲਵੋ ਸੈਂਡਵਿਚ, ਅਤੇ ਭਾਵੇਂ ਚਿਕਨ ਵਾਲਾ ਬਣਾ ਲਵੋ ਪੀਜ਼ਾ। ਹੋਰ ਕੁਛ ਨਹੀਂ ਤਾਂ ਤੁਸੀਂ ਚਿਕਨ ਰੋਲ ਵੀ ਬਣਾ ਸਕਦੇ ਹੋ। ਇਹ ਜਲਦੀ ਤਿਆਰ ਹੋ ਜਾਂਦਾ ਹੈ, ਇਹਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੈ। ਇਹ ਜਿਹੜਾ ਥੋੜ੍ਹਾ ਜਿਹਾ ਤੁਸੀਂ ਓਇਲ ਪਾਉਣਾ, ਇਹਨੇ ਓਇਲ ਦੇ ਵਿੱਚ ਹੀ ਗਲ ਜਾਣਾ ਹੈ ਅਤੇ ਉਸ ਓਇਲ ਦੇ ਵਿੱਚ ਹੀ ਇਹਨੇ ਫਰਾਈ ਹੋ ਜਾਣਾ ਆ। 10 ਮਿੰਟਾਂ ਦੇ ਵਿੱਚ ਸਾਡਾ ਚਿਕਨ ਫਰਾਈ ਹੋ ਕੇ ਰੈਡੀ ਹੋ ਗਿਆ। ਹੁਣ ਅਸੀਂ ਇਹਨੂੰ ਬੋਲ ਦੇ ਵਿੱਚ ਕੱਢ ਲਿਆ ਆ। ਹੁਣ ਅਸੀਂ ਇਹਨੂੰ ਫ੍ਰੀਜ਼ ਕਰ ਦੇਵਾਂਗੇ, ਜਿਸ ਦੇ ਅਸੀਂ ਯੂਜ਼ ਕਰਾਂਗੇ। ਉਸ ਦਿਨ ਤੁਹਾਨੂੰ ਵਲੋਗ ਬਣਾ ਕੇ ਲਾਜ਼ਮੀ ਦੱਸਾਂਗੇ। ਤੁਹਾਨੂੰ ਮੇਰਾ ਅੱਜ ਦਾ ਵਲੋਗ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਲਾਜ਼ਮੀ ਦੱਸਣਾ। ਮਿਲਦੇ ਹਾਂ ਨੈਕਸਟ ਵਲੋਗ ਵਿੱਚ। ਅੱਲਾ ਹਾਫਿਜ਼।